ओके पुत्त फिर 13 ਵਾਂ ਕਿਸੇ ਨੂੰ ਨਾ ਦਿਓ ਟਾਈਮ ਅਸੀਂ ਹਿਸ਼ਾਰਪੁਰ ਨੂੰ ਦੇਤਾ ਸੀ ਸਾਰਿਆਂ ਨੂੰ ਅੱਜ ਟੈਲੀਵਿਜ਼ਨ ਚੈਨਲ ਦੇ ਗੱਜਣਾ ਵੀ 13 ਨੂੰ ਮਿਲਣ ਆ ਰਹੀ ਆ ਤੇ ਅਸੀਂ ਸਵੇਰੇ 11 ਵਜੇ ਦਾ ਰੋਡ ਸ਼ੋਅ ਦੇ ਦਾਂਗੇ ਟਾਈਮ ਸਾਰਿਆਂ ਨੂੰ ਦੁਆਬਾ ਸਕੂਲ ਤੋਂ ਸ਼ੁਰੂ ਹੋਊਗਾ ਗਿੱਲ ਸਾਹਿਬ ਨਾਲ ਗੱਲ ਹੋ ਕੇ ਹੁਣ ਕਰਦੇ ਆ ਠੀਕ ਆ ਹੋ ਜਾਣਾ ਹੈਲੋ मुकाबला ਮੁਕਾਬਲਾ ਤਾਂ ਬਹੁਤ ਟਫ ਸੀ ਬਹਿਰੀਨ ਵਾਲੀ ਕੁੜੀ ਦੇ ਨਾਲ ਕਾਫੀ ਜ਼ਿਆਦਾ ਟਫ ਸੀ ਤੇ 800 ਮੀਟਰ ਦੇ ਵਿੱਚ ਤਾਂ ਜਿਹੜੀਆਂ 8 ਦੀਆਂ 8 ਕੁੜੀਆਂ 2 ਮਿੰਟ ਤੋਂ ਲੈ ਕੇ 2-3 ਦੇ ਵਿੱਚ 3 ਸੈਕਿੰਡ ਦੇ ਅੰਦਰ ਅੰਦਰ 8 ਦੀਆਂ 8 ਕੁੜੀਆਂ ਸੀ ਤੇ ਕਿਤੇ ਨਾ ਕਿਤੇ ਸਾਨੂੰ ਇਹ ਪਤਾ ਸੀ ਕਿ ਰੇਸ ਹਰਮਨ ਤੁਸੀਂ ਆਪਣੇ ਮੰਮੀ ਦਾ ਰਿਕਾਰਡ ਵੀ ਤੋੜਿਆ ਕਿੰਨੀ ਕੁ ਖੁਸ਼ੀ ਆ ਕਿਉਂਕਿ ਤੁਸੀਂ ਕਹਿੰਦੇ ਹੋ ਕਿ ਮੰਮਾ ਨੂੰ ਮੰਮਾ ਤੁਸੀਂ ਇੱਕ ਮੈਡਲ ਲੈ ਕੇ ਆਣਾ ਮੈਂ 2 ਲੈ ਕੇ ਆਣਾ ਮੋਹਿਤ ਤਿਆਰੀ ਤਾਂ ਬਿਲਕੁਲ ਸੀ ਕਿ 2 ਮੈਡਲਾਂ ਦੀ ਤੇ 2 ਮੈਡਲ ਲੈ ਕੇ ਵੀ ਆਈ ਆ ਤੇ ਪਰ ਗਈ ਤਾਂ 골ਡ ਲਈ ਸੀਗੀ ਪਰ ਐਦਾਂ ਹੈ ਕਿ ਦੂਜੀ ਇਵੈਂਟ ਚੋਂ ਵੀ ਖਾਲੀ ਨਹੀਂ ਆਈ ਕਿਉਂਕਿ 1500 ਤੋਂ ਬਾਅਦ 1500 ਕਿਸੇ ਐਸੇ ਤਰੀਕੇ ਨਾਲ ਲੱਗੀ ਇੱਕ ਲੈਕਟਰ ਨਾਲ ਦੀ ਚੀਜ਼ ਹੁੰਦੀ ਜੋ ਸਾਡੀ ਰੇਸ ਤੋਂ ਬਾਅਦ ਸਾਡੀ ਲੱਤਾਂ ਦੇ ਵਿੱਚ ਆ ਜਾਂਦੀ ਆ ਤੇ ਉਹਦੇ ਨਾਲ ਲੱਤਾਂ ਬਹੁਤ ਪੇਨ ਕਰਦੀਆਂ ਨੇ ਉਹ ਰੇਸ ਇਸ ਟਾਈਪ ਦੀ ਸੀ ਕਿ 800 ਮੀਟਰ ਜਿੰਨੀ ਦੀ 800 ਮੀਟਰ ਸਾਡੀ ਗਈ ਆ ਉਹਨੇ ਦੀ 800 ਮੀਟਰ 1500 ਦੇ ਵਿੱਚ ਗਈ ਸੀ ਪਰ ਮੇਰੇ ਨੂੰ ਉਹਦੇ ਨਾਲ ਲੱਤਾਂ ਬਹੁਤ ਹੈਵੀ ਹੋ ਗਈਆਂ ਸੀ ਕਿਨਵੇ ਕਰਨਾ ਹੋਵੇ ਵੀ ਮੈਂ ਕਹਿੰਦੀ ਪੰਜਾਬ ਦੇ ਵਿੱਚ ਟੈਲੈਂਟ ਬਹੁਤ ਆ ਤੇ ਪਰ ਕੋਈ ਗੇਮ ਕਰ ਨਹੀਂ ਰਿਹਾ ਅਗਰ ਆਪਣੇ ਪੰਜਾਬ ਦਾ ਕੋਈ ਵੀ ਬੱਚਾ ਕੋਈ ਵੀ ਉੱਠ ਕੇ ਗੇਮ ਕਰੇਗਾ ਤਾਂ ਡੈਫੀਨੇਟਲੀ ਏਸ਼ੀਅਨ ਚ ਮੈਡਲ ਦੇਗਾ ਤੁਸੀਂ ਅੱਜ ਗਰਾਊਂਡ ਦੇ ਵਿੱਚ ਜਾ ਕੇ ਦੇਖ ਲਓ ਤੁਸੀਂ ਕਰ ਪੋਲੋ ਗਰਾਊਂਡ ਜਾ ਕੇ ਦੇਖੋ ਤੁਹਾਨੂੰ ਸਾਰੇ ਬੱਚੇ ਹਿੰਦੀ ਬੋਲਣ ਵਾਲੇ ਮਿਲੂਗੇ ਪੰਜਾਬੀ ਬੋਲਣ ਵਾਲਾ ਤੁਹਾਨੂੰ ਬੱਚਾ ਹੀ ਨਹੀਂ ਮਿਲੇਗਾ ਹਰਮਿਲਨ ਨੇ ਇੱਕ ਤੁਹਾਡੀ ਵੀਡੀਓ ਵੇਖੀ ਸੀਗੀ ਜਿਸ ਵਿੱਚ ਤੁਸੀਂ ਕਹਿੰਦੇ ਕਿ ਧਰਮਸ਼ਾਲਾ ਜਾ ਕੇ ਤੁਹਾਨੂੰ ਪ੍ਰੈਕਟਿਸ ਕਰਨੀ ਪਈ ਹੈ ਸੋ ਅਜੇ ਤੁਸੀਂ ਚੀਨ ਦੇ ਵਿੱਚ ਹੀ ਹੋ ਜਿਸ ਤਰ੍ਹਾਂ ਤੇ ਏਸ਼ੀਅਨ ਖੇਡਾਂ ਗੇਮਸ ਹੋਈਆਂ ਨੇ ਸੋ ਇੱਥੋਂ ਤੁਸੀਂ ਹੁਸ਼ਿਆਰਪੁਰ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਜਾਂ ਇੰਡੀਆ ਦੀ ਗਵਰਨਮੈਂਟ ਨੂੰ ਕੀ ਕਹਿਣਾ ਚਾਹੁੰਦੇ ਹੋ ਟਰੈਕ ਨੂੰ ਲੈ ਕੇ ਮਾਲਪੁਰ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਹੀ ਕੋਈ ਟਰੈਕ ਨਹੀਂ ਤੇ ਐਥਲੀਟ ਬਹੁਤ ਜ਼ਿਆਦਾ ਨੇ ਤੇ ਆਪਣੇ ਪੂਰੇ ਪੰਜਾਬ ਦੇ ਵਿੱਚ ਹੀ ਨਹੀਂ ਟਰੈਕ ਨਹੀਂ ਤੁਸੀਂ ਹੋਰ ਕਿਤੇ ਚਲ ਜਾਓ ਤੁਸੀਂ ਉੜੀਸਾ ਚਲ ਜਾਓ ਉੜੀਸਾ ਗਵਰਨਮੈਂਟ ਨੇ ਤਾਂ ਟਰੈਕ ਇੰਡੋ ਟਰੈਕ ਵੀ ਉੱਥੇ ਬਣ ਰਿਹਾ ਬਾਕੀ ਸਾਰੇ ਦੇ ਸਟੇਟਸ ਦੇ ਵਿੱਚ ਅਦਰ ਸਟੇਟ ਦੇ ਵਿੱਚ ਇੱਕ ਮੋਂਡੋ ਟਰਫ ਨਾਮ ਦੇ ਟਰੈਕ ਹੁੰਦਾ ਉਹ ਵੀ ਬਣ ਚੁੱਕੇ ਨੇ ਲੇਕਿਨ ਸਾਡੇ ਸਿੰਥੈਟਿਕ ਹੀ ਨਹੀਂ ਬਣੇ ਜਿਹੜਾ ਮੈਂ ਇੱਥੇ ਜਾ ਕੇ ਜਿਸ ਟਰੈਕ ਦੌੜੀ ਸੀ ਉਹ ਇੱਕ ਅਲੱਗ ਟਰਫ ਹੁੰਦਾ ਆ ਪਹਿਲੇ ਦਿਨ ਤਾਂ ਮੈਨੂੰ ਇਹੀ ਬਹੁਤ ਹੋਇਆ ਕਿ ਮੈਂ ਇਸ ਤੇ ਦੌੜਨਾ ਕਿੱਦਾਂ ਮੈਂ ਕਦੀ ਇਸੇ ਟ੍ਰੇਨਿੰਗ ਵੀ ਨਹੀਂ ਕੀਤੀ ਤਾਂ ਤੁਸੀਂ ਇਹ ਸੋਚੋ ਕਿ ਜਿਹੜੇ ਬੱਚੇ ਅਗਰ ਕੋਈ ਬਾਈ ਚਾਂਸ ਮਾਨਪੁਰੋਂ ਨਿਕਲਦਾ ਵੀ ਆ ਕੋਈ ਬੱਚਾ ਉਹਨਾਂ ਦਾ ਸਿੰਥੈਟਿਕ ਹੀ ਨਹੀਂ ਦੇਖਿਆ ਅਸੀਂ ਮੈਂ ਵੀ ਉੱਥੇ ਜਾ ਕੇ ਮੋਂਡੋ ਦੇਖਿਆ ਤਾਂ ਇਹ ਹੱਲੇ ਸਾਨੂੰ ਬਹੁਤ ਜ਼ਿਆਦਾ ਡਿਵੈਲਪਮੈਂਟ ਦੀ ਲੋੜ ਆ ਸਾਨੂੰ ਐਟਲੀਸਟ ਇੱਕ ਟਰੈਕ ਦੀ ਲੋੜ ਤਾਂ ਹੈ ਕਿ ਬੱਚੇ ਪਹਿਲਾਂ ਜਾ ਕੇ ਟਰੈਕ ਦੇਖ ਕੇ ਨਾ ਘਬਰਾ ਜਾਣ ਕਿ ਆ ਹੈ ਕੀ ਚੀਜ਼ ਤਾਂ ਸਾਨੂੰ ਟਰੈਕ ਦੀ ਐਟਲੀਸਟ ਇੱਕ ਸਾਡੀ ਡਿਸਟ੍ਰਿਕਟ ਦੇ ਸਾਨੂੰ ਟਰੈਕ ਚਾਹੀਦਾ ਹੀ ਚਾਹੀਦਾ ਓਕੇ ਕੰਗ੍ਰੈਚੁਲੇਸ਼ਨਸ ਅਗੇਨ ਥੈਂਕ ਯੂ ਸੋ ਮੱਚ ਸਰ ਕੀ ਨਾਮ ਹੈ ਤੁਹਾਡਾ ਅਮਨਦੀਪ ਸਿੰਘ ਬੈਂਸ ਇੰਟਰਨੈਸ਼ਨਲ ਸੀਡ 1500 ਮੀਟਰ ਜੀ ਹਰਮਿਲਨ ਬੈਂਸ ਉੱਠ ਕੇ ਲੱਗਦੇ ਨੇ ਮੇਰੇ ਬੇਟੀ ਆ ਬੇਟੀ ਨੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਜੋ ਅਸੀਂ ਉਹਨਾਂ ਨੂੰ ਸਿਖਾਇਆ ਛੋਟੀ ਹੁੰਦੀ ਨੂੰ ਜਿਸ ਰਸਤੇ ਪਾਇਆ ਉਹ ਐਨ ਸਿਖਰ ਪਹੁੰਚ ਗਈ ਉੱਥੇ ਸਾਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਵੀ ਬੱਚਾ ਜਿੱਥੇ ਸੋਚਿਆ ਹੁੰਦਾ ਮਾਂ ਪਿਓ ਨੇ ਉੱਥੇ ਪਹੁੰਚ ਜਵੇ ਤਾਂ ਸਾਰੇ ਦੁੱਖ ਭੁੱਲ ਜਾਂਦੇ ਠੀਕ ਹੈ ਹੋਈ ਉੱਥੇ ਗੱਲ ਹੁਣ ਹਰਮਿਲਨ ਦੇ ਨਾਲ ਹਾਂ 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 ਕਿੰਨੀ ਕੁ ਖੁਸ਼ੀ ਨਜ਼ਰ ਆ ਰਹੀ ਹੈ ਜੀ ਉਹ ਮਿਲਨ ਤਾਂ ਉਹਦਾ ਡ੍ਰੀਮ ਸੀਗਾ 골ਡ ਦਾ ਪਰ ਉਹ ਇੰਜਰੀ ਆਉਣ ਕਰਕੇ ਉਹਦਾ ਰਹਿ ਗਿਆ ਤੇ ਹੁਣ ਉਹਦੀ ਜਾਨੀ ਕਿ ਏਸ਼ੀਅਨ 올림픽 ਦੀ ਤਿਆਰੀ ਆ ਨੈਕਸਟ ਏਸ਼ੀਅਨ ਗੇਮ ਵੀ ਉਹ ਕਰੇਗੀ ਲੇਕਿਨ ਜਿਹੜੀ ਚੀਜ਼ ਉਹ ਚਾਹੁੰਦੀ ਸੀਗੀ ਉਹ ਚੀਜ਼ ਅਜੇ ਮਿਲੀ ਨਹੀਂ ਮਿਲ ਜਾਏਗੀ ਰੱਬ ਦੇ ਅੱਗੇ ਅਰਦਾਸ ਕਰਦੇ ਹਾਂ ਉਹ ਮਿਲ ਜਾਵੇ ਜੋ ਉਹ ਚਾਹੁੰਦੀ ਆ ਉਹਨੇ ਆਪਣੇ ਮਦਰ ਦਾ ਰਿਕਾਰਡ ਤੋੜਿਆ ਕਿਆ ਕੀ ਤੋੜਿਆ ਜੀ ਨਾਲੇ ਉਹਨੇ ਦੇਖੋ ਉਹਨੇ ਮਦਰ ਦਾ ਟਾਈਮ ਰਿਕਾਰਡ ਵੀ ਤੋੜਿਆ ਉਹਨੇ 2 ਮੈਡਲ ਜਿੱਤ ਕੇ ਇੱਕ 1500 ਦਾ ਮੇਰੇ ਲਈ ਜਿੱਤਿਆ 1500 ਮੈਂ ਕਰਦਾ ਸੀ 800 ਮਾਧਰੀ ਕਰਦੀ ਸੀ 800 ਦਾ ਮਾਧਰੀ ਲਈ ਜਿੱਤਿਆ ਤੇ ਫਿਰ ਉਹਨੇ 800 ਚ ਮਾਧਰੀ ਦਾ ਰਿਕਾਰਡ ਵੀ ਬ੍ਰੇਕ ਕੀਤਾ ਮਾਧਰੀ ਦਾ ਰਿਕਾਰਡ ਸੀ 2:04 ਦਾ ਉੱਥੇ ਏਸ਼ੀਅਨ ਗੇਮ ਚ ਸਿਲਵਰ ਮੈਡਲ ਦਾ ਇਹਨੇ 2:03 ਦੇ ਵਿੱਚ ਸਿਲਵਰ ਮੈਡਲ ਲਿਆ 2:03 ਚ ਠੀਕ ਹੈ ਤਾਂ ਫਿਊਚਰ ਪਲਾਨ ਹੁਣ ਕਿਹਾ ਜੀ ਫਿਊਚਰ ਪਲਾਨ ਇਹਦਾ ਦਾ ਹੁਣ ਨੈਕਸਟ 올림픽 ਗੇਮ ਹੈ ਨੈਕਸਟ ਪੈਰਿਸ ਦੇ ਵਿੱਚ ਅਗਲੇ ਸਾਲ ਤੇ ਆਪਣੀਆਂ 26 ਦੇ ਵਿੱਚ ਹੈਗੀਆਂ ਫੇਰ ਏਸ਼ੀਅਨ ਗੇਮਸ ਹਾਂਜੀ ਹਰਮਿਲਨ ਦੇ ਤੁਸੀਂ ਬ੍ਰਦਰ ਹਾਂਜੀ ਹਾਂਜੀ ਕਿੱਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਮੈਂ ਸਿਲਵਰ ਮੈਡਲ ਬਹੁਤ ਵਧੀਆ ਮਹਿਸੂਸ ਹੋ ਰਿਹਾ ਹਾਂਜੀ
ਕਿੱਥੋਂ ਸਟੱਡੀ ਕੀਤੀ ਉਹਨਾਂ ਨੇ ਉਹਨਾਂ ਨੇ ਆਪਣੀ ਪਹਿਲਾਂ 10th ਤੱਕ ਇੱਥੇ ਦੁਆਬਾ ਸਕੂਲ ਹੈ ਮਾਲਪੁਰ 'ਚ ਉੱਥੇ ਕੀਤੀ ਹੈ ਅਤੇ ਪਲੱਸ 1 ਪਲੱਸ 2 ਉਹਨਾਂ ਨੇ ਸੈਂਟ ਸੋਲਜਰ ਕੀਤੀ ਹੈ ਮਾਲਪੁਰ ਅਤੇ ਉਸ ਤੋਂ ਬਾਅਦ ਆਪਣੀ ਗ੍ਰੈਜੂਏਸ਼ਨ ਉਹਨਾਂ ਨੇ ਪਟਿਆਲੇ ਤੋਂ ਕੀਤੀ ਹੈ ਪੰਜਾਬੀ ਯੂਨੀਵਰਸਿਟੀ ਤੋਂ ਹਾਂਜੀ ਕਿੱਦਾਂ ਦਾ ਮੁਕਾਮ ਹਾਸਲ ਕੀਤਾ ਹੈ ਹਾਂਜੀ ਤੁਹਾਨੂੰ ਲੱਗ ਰਿਹਾ ਬਹੁਤ ਵਧੀਆ ਸਾਰੇ ਖੁਸ਼ ਆ ਵਧੀਆ ਹੋਇਆ ਜੋ ਵੀ ਹੋਇਆ ਫੈਮਿਲੀ 'ਚ ਕਿਹੋ ਜਿਹਾ ਮਾਹੌਲ ਬਹੁਤ ਵਧੀਆ ਸਾਰੇ ਪਾਸੇ ਵਧੀਆ ਮਾਹੌਲ ਆ ਠੀਕ ਹੈ ਹੋਈ ਤੁਹਾਡੀ ਉਹਨਾਂ ਨਾਲ ਗੱਲ ਹਾਂਜੀ ਮੇਰੀ ਹੁਣੇ ਹੋਈ ਆ ਹਾਂਜੀ ਕਹਿ ਰਹੇ ਹੋ ਖੁਸ਼ ਨੇ ਐਨ ਖੁਸ਼ ਆ ਹੁਣ ਉਹਨਾਂ ਨੂੰ ਦੋ ਤਿੰਨ ਉਹਨਾਂ ਦੇ ਇੰਟਰਵਿਊ ਆ ਥੋੜ੍ਹੇ ਬਿਜ਼ੀ ਆ ਉਹ ਫ੍ਰੀ ਹੋ ਜਾਣਾ ਫਿਰ ਆਊਗੇ ਫਿਰ ਮਿਲੂਗੇ ਦੱਸਿਆ ਉਹਨਾਂ ਨੇ ਕਿੰਨਾ ਕੁ ਟਫ ਸੀਗਾ ਮਤਲਬ ਮੁਕਾਬਲਾ ਟਫ ਸੀਗਾ ਕਾਫੀ ਟਫ ਸੀ ਏਸ਼ੀਅਨ ਗੇਮ ਸੀ ਫਿਰ ਵੀ ਬਟ ਫਿਰ ਵੀ ਉਹਨਾਂ ਦੇ ਦੋ ਸਿਲਵਰ ਮੈਡਲ ਆ ਗਏ ਬਹੁਤ ਵਧੀਆ ਹੋ ਗਿਆ ਜੋ ਵੀ ਹੈ ਹਾਂਜੀ ਤੇ ਪ੍ਰੈਕਟਿਸ ਵਗੈਰਾ ਲਈ ਕਿਦਾਂ ਮਤਲਬ ਕਿੰਨੀ ਉਹਨਾਂ ਦਿੱਕਤ ਆਈ ਹੈ ਤੇ ਪ੍ਰੈਕਟਿਸ ਬਥੇਰੀ ਉਹਨਾਂ ਨੂੰ ਏਸ਼ੀਅਨ ਗੇਮਸ ਤੋਂ ਸਾਲ ਕੁ ਪਹਿਲਾਂ ਉਹਨਾਂ ਨੂੰ ਇੱਕ ਇੰਜਰੀ ਆਈ ਸੀਗੀ ਨੀ ਪ੍ਰੋਬਲਮ ਸੀ ਉਹ ਜਿੱਦਾਂ ਉਹਨਾਂ ਦੀ ਨਾ ਨੀ 'ਚ ਕੈਲਸ਼ੀਅਮ ਪ੍ਰੋਬਲਮ ਸੀਗੀ ਉਹ ਜਿੱਦਾਂ ਕਈ ਵਾਰ ਇੱਦਾਂ ਹੁੰਦਾ ਡਾਕਟਰ ਦਾ ਕਹਿਣਾ ਸੀ ਕਿ ਜਦੋਂ ਗੋਡੇ ਦੇ ਥੱਲੇ ਨਾ ਇੱਕ ਕੈਲਸ਼ੀਅਮ ਹੁੰਦੀ ਹੈ ਜਦੋਂ ਬੱਚਾ ਰੋੜਦਾ ਆ ਉਹ ਉਦੋਂ ਸਹੀ ਹੁੰਦੇ ਆ ਮਤਲਬ ਟੁੱਟਦੇ ਆ ਜਾਂ ਜਿੱਦਾਂ ਵੀ ਅਤੇ ਉਹ ਜਿੱਦਾਂ ਉਹ ਹਰਮਿਲਨ ਬਹੁਤ ਛੇਤੀ ਨਾ ਤੁਰਨ ਲੱਗ ਪਏ ਸੀ ਜਿਸ ਕਰਕੇ ਉਹਨਾਂ ਦੇ ਕੈਲਸ਼ੀਅਮ ਥੋੜ੍ਹਾ ਜਿੱਦਾਂ ਕਹਿ ਲਓ ਗੋਡੇ ਦੇ ਵਿੱਚ ਰਹਿ ਗਿਆ ਅਤੇ ਉਹਨੇ ਹੁਣ ਆ ਕੇ ਪ੍ਰੋਬਲਮ ਕੀਤੀ ਅਤੇ ਮਤਲਬ ਕਿ ਉਹਨਾਂ ਨੂੰ ਉਸ ਵੇਲੇ 6 ਮਹੀਨੇ ਰੈਸਟ ਰਹੀ ਉਹਨਾਂ ਦੀ ਅਤੇ ਉਹਨਾਂ ਨੂੰ ਬਹੁਤ ਉਹਨਾਂ ਨੂੰ ਮੈਂਟਲੀ ਵੀ ਹੋਇਆ ਕਿ ਮੈਂ ਇੰਨੀ ਮਿਹਨਤ ਕੀਤੀ ਹੈ ਸਭ ਕੁਛ ਮੇਰੇ ਕੋਲ ਆ ਸਿਰਫ ਇੱਕ ਗੋਡੇ ਕਰਕੇ ਮੇਰੇ ਤੋਂ ਭੱਜ ਨਹੀਂ ਹੋ ਰਿਹਾ ਬਟ ਫਿਰ ਉਹਨਾਂ ਦਾ ਓਪਰੇਸ਼ਨ ਹੋਇਆ ਸਭ ਕੁਛ ਫਿਰ ਵੀ ਉਹਨਾਂ ਨੇ 6 ਮਹੀਨੇ 'ਚ ਜੋ ਵੀ ਪ੍ਰੈਕਟਿਸ ਵਗੈਰਾ ਕਰਕੇ ਆਪਣੇ 2 ਮੈਡਲ ਲਏ